किसानी संघर्ष के जिन्ने भी किसान मौजूद ने या जिन्ने भी साढ़े भाई भैन मौजूद ने उन्होंने हौसलों की दात हुण हर कोई दे रहा है। कल्ले पंजाब दी विच ही नहीं, कल्ले खेतरी मीडिया के विच ही नहीं, बल्कि बीबीसी तक कहिंदे भी गल्लां होईयां पईयां ने। हौसले क्योंकि बुलंद ने, जदों आम बंदा जिहदे हाथ पैर सही सलामत होण, हर एक चीज़ उहदे कोल होवे पर उह पहुँच जावे, उह गल भी मन्नी जांदी है क्योंकि हक उहनां दे मन च भी उन्ना ही जज्बा है। पर जे कोई अंगहीण होवे या एक अंग उहनां दा काम ना करदा होवे पर उह भी अपने हौसले बुलंद करके इत्थे पहुंचण तां बहुत वड्डी गल हो जांदी है। ते इत्थे साडे नाल पटियाले तों मौजूद ने, सति श्री अकाल जी। सति श्री अकाल जी। ਇੱਥੇ ਤੁਸੀਂ ਪਹੁੰਚੇ ਹੋ ਕਿਸਾਨੀ ਸੰਘਰਸ਼ ਦੇ ਵਿੱਚ 400 ਕਿਲੋਮੀਟਰ ਦੂਰ, ਤੇ ਕਿਉਂਕਿ ਮੈਂ ਪਹਿਲਾਂ ਵੀ ਜਿਵੇਂ ਗੱਲ ਕੀਤੀ ਵੀ ਜਿਹੜੇ ਬੰਦੇ ਦਾ ਸਾਰੇ ਅੰਗ ਸਹੀ ਸਲਾਮਤ ਹੋਣ ਤੇ ਉਹ ਇੱਥੇ ਪਹੁੰਚੇ ਨੇ, ਪਰ ਅਸੀਂ ਹੈਂਡੀਕੈਪਟੀ ਤੇ ਪਹੁੰਚੇ ਆ। ਘਰਦਿਆਂ ਨੂੰ ਕਹਿ ਕੇ ਆਏ ਆ ਜਾਂ ਅਸੀਂ ਮੰਗਾਂ ਲੈ ਕੇ ਆਵਾਂਗੇ ਜਾਂ ਸਾਡੀ ਡੈੱਡ ਬੋਡੀ ਆਏਗੀ, ਖਾਲੀ ਨਹੀਂ ਜਾਵਾਂਗੇ। ਸਾਡੇ ਹੱਕ ਮਿਲਣੇ ਚਾਹੀਦੇ ਨੇ, ਜੋ ਵੀ ਫਸਲ ਦਾ ਹੱਕ ਹੈ। ਜ਼ਿਮੀਂਦਾਰ ਦਾ ਕੱਪੜਾ ਨਹੀਂ ਧੁੱਪਦਾ, ਡੰਗਰ ਰੱਖੇ ਨੇ ਦੁੱਧ ਦੀ ਕੀ ਕੀਮਤ ਹੈ। ਕੰਮ ਕਰਨ ਵਾਲਾ ਬੰਦਾ ਇੱਕ ਦਿਨ 'ਚ ਭੱਜ ਜਾਂਦਾ, ਸਾਨੂੰ ਦਿਨ ਰਾਤ ਕਰਨਾ ਪੈਂਦਾ। ਦੁੱਧ ਕੀ 50 ਰੁਪਈਏ, 30 ਰੁਪਈਏ, 40 ਰੁਪਈਏ, ਜਿਹੜਾ ਕਿ 200 ਰੁਪਈਏ ਲੀਟਰ ਦੁੱਧ ਹੋਣਾ ਚਾਹੀਦਾ। ਉਸਦਾ ਮਨ ਖੁਸ਼ ਹੋਣਾ ਚਾਹੀਦਾ ਵੀ ਅਸੀਂ ਮਿਲਕ ਤਿਆਰ ਕਰਦੇ ਹਾਂ, ਸਵੇਰ ਤੋਂ ਲੈ ਕੇ ਸ਼ਾਮ ਤੱਕ ਹੁੰਦੀ ਅਸੀਂ ਚਾਹ ਪੀਂਦੇ ਹਾਂ, ਅਤੇ ਉਹਦਾ ਸਾਨੂੰ ਹੱਕ ਮਿਲਣਾ ਚਾਹੀਦਾ। ਸਾਨੂੰ ਫਸਲਾਂ ਦਾ ਹੱਕ, ਇੱਕ ਬਾਸਮਤੀ ਸਾਡੇ ਕੋਲ ਇਹੋ ਜਿਹੀ ਬਾਸਮਤੀ ਹੈ ਜਿਹੜੀ 1 ਕਿਲੋਮੀਟਰ ਤੱਕ ਚੌਲ ਰਿੰਨਣੇ ਨਾ, ਉਹਦੀ ਵਾਸ਼ਨਾ ਜਾਂਦੀ ਹੈ, ਉਹਦਾ ਸਾਨੂੰ ਫੱਕ ਦਾ ਰੇਟ ਨਹੀਂ ਮਿਲਦਾ। ਦਿਨ ਰਾਤ ਅਸੀਂ ਮਰਦੇ ਹਾਂ, ਸਾਡੇ ਹੱਕ ਚਾਹੀਦੇ ਨੇ। ਹੱਕ ਲੈ ਕੇ ਜਾਵਾਂਗੇ ਜਾਂ ਅਸੀਂ ਆਪਣੀਆਂ ਡੈੱਡ ਬੋਡੀਆਂ ਨਾਲ ਲੈ ਕੇ ਜਾਵਾਂਗੇ। ਬਹੁਤ ਬਹੁਤ ਵੱਡੀ ਗੱਲ ਹੈ ਇਹ ਜਿਹੜੀ ਤੁਸੀਂ ਕਹੀ ਹੈ। ਕੀ ਲੱਗਦਾ ਹੈ ਵੀ ਇੰਨੇ ਕਿਸਾਨ ਇੱਥੇ ਮੌਜੂਦ ਨੇ, ਇੰਨੇ ਇਕੱਲੇ ਕਿਸਾਨ ਨਹੀਂ ਮੌਜੂਦ ਕਿਉਂਕਿ ਹਰ ਇੱਕ ਖੇਤਰ ਤੋਂ ਇੱਥੇ ਮੌਜੂਦ ਨੇ, ਪਰ ਇੰਨੇ ਲੱਖਾਂ ਲੋਕਾਂ ਦੀ ਗੱਲ ਸਰਕਾਰ ਨਹੀਂ ਸੁਣ ਰਹੀ, ਪਰ ਉਹ ਦੋ ਬੰਦਿਆਂ ਦੀ ਗੱਲ, ਕਾਰਪੋਰੇਟ ਘਰਾਣਿਆਂ ਦੀ ਗੱਲ ਸਰਕਾਰ ਸੁਣੀ ਜਾਂਦੀ ਹੈ। ਕੀ ਲੱਗਦਾ ਕੀ ਕਾਰਨ ਹੋ ਸਕਦਾ ਹੈ? ਮੋਦੀ ਦੀ ਸਰਕਾਰ ਜਿਹੜੀ ਦਮ ਦਮਾ ਕੇ ਨਾ, ਇੱਕ ਜਿਵੇਂ ਇੱਕ ਮੇਮਣਾ ਹੁੰਦਾ, ਉਹ ਅੰਦਰੋਂ ਅੰਦਰੀ ਕੰਮ ਰਹੀ ਵੀ ਇੰਨੀ ਦੁਨੀਆ ਨਾਲ ਮੈਂ ਕੀ ਕਰ ਬੈਠਾ, ਵਾਪਸ ਨਹੀਂ ਕਰਦਾ ਪਿਆ। ਕਾਨੂੰਨ ਵਾਪਸ ਕਰਨੇ ਚਾਹੀਦੇ ਨੇ। ਸਾਡੀ ਸ਼ਾਂਤੀ ਦੇ ਨਾਲ ਗੁਰੂ ਤੇਗ ਬਹਾਦਰ ਦੇ ਹੀ ਪੁੱਤਰ ਹਾਂ, ਜਿਨ੍ਹਾਂ ਨੇ ਦਿੱਲੀ ਦੇ ਵਿੱਚ ਸੀਸ ਦਿੱਤਾ, ਉਹਨਾਂ ਦੀ ਲਾਦ 'ਚੋਂ ਹਾਂ। ਸਾਨੂੰ ਸਾਡੇ ਹੱਕ ਮਿਲਣੇ ਚਾਹੀਦੇ ਨੇ, ਬਿਨਾਂ ਹੱਕ ਤੋਂ ਅਸੀਂ ਪਿੰਡ ਨਹੀਂ ਜਾਵਾਂਗੇ, ਸਾਡੀਆਂ ਡੈੱਡ ਬੋਡੀਆਂ ਜਾਣਗੀਆਂ। ਤੁਹਾਡੇ ਪਰਿਵਾਰ 'ਚ ਕੌਣ ਕੌਣ ਹੈ? ਡੈਡੀ ਹੈ, ਮਾਤਾ ਤਾਂ ਪੂਰੀ ਹੋ ਗਿਆ, ਉਹਨੂੰ ਆਪਣੀ ਸਿਸਟਰ ਛੱਡ ਕੇ ਘਰ ਆਏ ਹਾਂ ਉਹਦੀ ਦੇਖਭਾਲ ਵਾਸਤੇ, ਵੀ ਜਿੰਨਾ ਚਿਰ ਸਾਡੇ ਮੰਗ ਨਹੀਂ ਹੁੰਦੀ ਉਹਨਾਂ ਚਿਰ ਅਸੀਂ ਘਰ ਨਹੀਂ ਜਾਂਦੇ। ਕਰਦਿਆਂ ਨੇ ਕੀ ਕਿਹਾ ਫਿਰ ਜਦੋਂ ਤੁਸੀਂ ਕਿਹਾ ਵੀ ਕੋਈ ਬਾਤ ਨਹੀਂ, ਦੇਸ਼ ਵਾਸਤੇ ਭਗਤ ਸਿੰਘ ਆਏ ਤੇ ਤੁਸੀਂ ਵੀ ਭਗਤ ਸਿੰਘ ਦੇ ਬਰਾਬਰ ਬਣ ਜਾਓਗੇ, ਠੀਕ ਹੈ? ਹਾਂਜੀ। ਕੀ ਇੱਕ ਹੁਣ ਜਿਹੜੀਆਂ ਨੀਤੀਆਂ ਨੇ ਸਰਕਾਰਾਂ ਦੀਆਂ, ਹੁਣ ਫਿਰ ਮੀਟਿੰਗ ਹੋਣੀ ਹੈ, ਕਹਿੰਦੇ ਵੀ ਉਮੀਦ ਤਾਂ ਸਾਨੂੰ ਹੈ ਨਹੀਂ, ਪਰ 13 ਤਰੀਕ ਨੂੰ ਹੁਣ ਲੋਹੜੀ ਮਨਾਈ ਜਾਣੀ ਹੈ, ਉਹਦੇ ਵਿੱਚ ਕਾਲੇ ਕਾਨੂੰਨ ਫੂਕਣੇ ਨੇ ਕਹਿੰਦੇ। ਲੋਹੜੀ ਜੇ ਸਹੀ ਸਾਨੂੰ ਮਿਲ ਗਏ ਤੇ ਘਰ ਜਾਵਾਂਗੇ, ਨਹੀਂ ਤੇ ਅਸੀਂ 26 ਤਰੀਕ ਅਸੀਂ ਸਿੱਖਾਂ ਦੀ 26 ਜਨਵਰੀ ਮਨਾਵਾਂਗੇ, ਜੋ ਗੁਰੂ ਤੇਗ ਬਹਾਦਰ ਦੀ ਉੱਥੇ ਜਾਵਾਂਗੇ। ਬੇਸ਼ੱਕ ਸਾਨੂੰ ਲਾਲ ਕਿਲੇ 'ਤੇ ਵੀ ਜਾਣਾ ਪਿਆ ਨਾ, ਆਪਣੀਆਂ ਛਾਤੀਆਂ ਇਕੱਲਾ ਇਕੱਲਾ ਰੋਮ ਇਕੱਲਾ ਇਕੱਲਾ ਅੰਗ ਦਿਆਂਗ ਹੈ, ਜਿਹੜੇ ਬੇਸ਼ੱਕ ਬੰਬ ਧਮਾਕਾ ਹੋਵੇ ਚਾਹੇ ਗੋਲੀ ਹੋਵੇ, ਕੁਛ ਵੀ ਛੂਟ ਹੋਵੇ, ਅਸੀਂ ਜ਼ਰੂਰ ਜਾਵਾਂਗੇ। ਗੁਰੂ ਤੇਗ ਬਹਾਦਰ ਘਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹ ਜੀ ਵਾਹ। ਕਹਿੰਦੇ 26 ਤਰੀਕ ਨੂੰ ਹੁਣ ਸਿੱਖਾਂ ਦਾ ਦਿਨ ਮਨਾਵਾਂਗੇ, 26 ਜਨਵਰੀ ਜਿਹੜੀ ਹੈ ਹੁਣ ਸਿੱਖਾਂ ਦੀ ਤਰੀਕ ਮਨਾਈ ਜਾਊਗੀ, ਸਿੱਖਾਂ ਦੀ ਜਿੱਤ ਦੀ ਤਰੀਕ ਮਨਾਈ ਜਾਊਗੀ। ਹੁਣ ਜਿੱਤ ਉਦੋਂ ਤੱਕ ਸਾਡੀ ਹੁੰਦੀ ਹੈ ਕਿ ਨਹੀਂ, ਕਿਉਂਕਿ ਸਰਕਾਰ ਕਹਿੰਦੇ ਕੰਬੀ ਪਈ ਹੈ, ਸਰਕਾਰ ਹਿੱਲੀ ਪਈ ਹੈ, ਉਮੀਦ ਹੈਗੀ ਹੈ ਵੀ ਹੋ ਸਕਦਾ 26 ਤਰੀਕ ਤੋਂ ਪਹਿਲਾਂ ਪਹਿਲਾਂ ਆਪਣੀ ਨੱਕ ਬਚਾਉਣ ਵਾਸਤੇ ਸਰਕਾਰ ਫੈਸਲਾ ਕਰ ਦੇ। ਪਰ ਹੁਣ ਜਿਹੜੀ ਮੀਟਿੰਗ ਹੋਣੀ ਹੈ ਉਹਦੇ 'ਚੋਂ ਹਲੇ ਕਿਸੇ ਨੂੰ ਕੋਈ ਉਮੀਦ ਨਹੀਂ ਹੈਗੀ, ਪਰ ਜਜ਼ਬੇ ਉਨੇ ਹੀ ਨੇ, ਹੌਸਲੇ ਉਨੇ ਨੇ, ਗੱਲ ਤੁਹਾਡੀ ਕਰਵਾ ਰਹੇ ਹਾਂ ਕਿਸ ਤਰੀਕੇ ਦੇ ਨਾਲ ਪਹੁੰਚ ਰਹੇ ਨੇ, ਕਿੰਨੀ ਮੁਸ਼ਕਲਾਂ ਦੇ ਨਾਲ ਪਹੁੰਚ ਰਹੇ ਨੇ। ਸਿਰਫ ਇੱਕੋ ਹੀ ਜਜ਼ਬਾ ਮਨ ਦੇ ਵਿੱਚ, ਸਿਰਫ ਇੱਕੋ ਹੀ ਆਸ ਮਨ ਦੇ ਵਿੱਚ ਵੀ ਕਾਲੇ ਕਾਨੂੰਨ ਜਿਹੜੇ ਨੇ ਰੱਦ ਹੋਣੇ ਚਾਹੀਦੇ ਨੇ। ਕੈਮਰਾਮੈਨ ਗੁਰਸਿਮਰਨ ਦੇ ਨਾਲ ਮੈਂ ਅਨੂ ਕੌੜ।